ਆ ਵੇਖੋ ਅਸੀਂ ਕਿੰਨੇ ਜਣੇ ਨਾ ਮੋਟਰਸਾਈਕਲ ਤੇ ਬਹਿ ਕੇ ਇੱਕ ਹੱਥ ਨਾਲ ਮੁੰਡਾ ਮੋਟਰਸਾਈਕਲ ਚਲਾਉਣ ਓਏ ਮੈਂ ਗਿਆ ਓਏ ਕਿੱਥੇ ਪਛਾਣ ਨਹੀਂ ਜਾਂਦਾ ਅਸੀਂ ਟਿਊਬਲ ਚਲਾਉਣ ਚੱਲੇ ਆ ਨਿੱਕਾ ਜ਼ੈਨ ਹਮਦਾ ਤੇ ਪੇਂਡੂ ਆਓ ਚਲੀਏ ਅਸਲਾਮ ਅਲੈਕੁਮ ਮੈਂ ਅਜੇ ਸਭ ਉਮੀਦ ਕਰਨ ਤੋਂ ਸਰ ਠੀਕ ਠਾਕ ਹੋਵੋਗੇ ਅਤੇ ਅੱਜ ਨਾ ਅਸੀਂ ਚਲਾਉਣ ਲੱਗੇ ਹਾਂ ਪੀਟਰ ਅਤੇ ਪੀਟਰ ਜਿਹੜਾ ਨਾ ਅਬੋਰੀ ਅਸੀਂ ਹੁਣ ਆਏ ਨੇ ਬੰਦ ਕਰਕੇ ਅਤੇ ਅਬੋਰੀ ਕਹਿੰਦੇ ਨੇ ਸੁਬਾਹ ਚਲਾਵਾਂਗੇ ਮੈਂ ਆਖਿਆ ਨਹੀਂ ਹੁਣ ਜਾ ਕੇ ਕਦਾ ਜਿਹੜਾ ਕਿਆਰਾ ਪੀਟਰ ਪਿਆ ਲਈਏ ਅਤੇ ਹੁਣ ਚੱਲੇ ਹਾਂ ਪੀਟਰ ਚਲਾਉਣ ਆਓ ਚੱਲੀਏ ਅਸੀਂ ਜਿਹੜਾ ਨਾ ਡੇਰੇ ਆ ਗਏ ਹਾਂ ਪੰਜ ਜਣੇ ਇੱਕ ਮੋਟਰਸਾਈਕਲ 'ਤੇ ਬਹਿ ਕੇ ਆਏ ਹਾਂ ਅਤੇ ਆਓ ਫਿਰ ਹੁਣ ਚੱਲੀਏ ਫਿਰ ਗਾਂ ਪੀਟਰ ਵੱਲ ਗੱਡੀ ਜਿਹੜੀ ਨਾ ਇੱਥੇ ਖਿਲਾਰ ਚੱਲੇ ਹਾਂ ਕਿਉਂਕਿ ਰਾਹ ਵੀ ਅੱਗੂ ਖਰਾਬ ਹੈ ਅਤੇ ਸਾਡਾ ਡਰਾਈਵਰ ਵੀ ਖਰਾਬ ਹੈ ਤੇ ਨਿੱਕਾ ਸਾਹਿਬ ਕੋਈ ਗੱਲਬਾਤ ਹੋਈਏ ਹਾਂਜੀ ਗੱਲਬਾਤ ਹੋਈਏ ਕੋਈ ਨਹੀਂ ਯਾਰ ਗੱਲ ਨਹੀਂ ਹਾਂਜੀ ਐਦਾਂ ਕੋ ਪੁੱਛੋ ਸਾ ਜਾਨ ਸਾਹਿਬ ਤੁਸੀਂ ਕਿ ਮੈਂ ਭਾਈ ਸਾਹਿਬ ਜੀ ਸੇ ਮੇਰੇ ਕੋ ਪੁੱਛੋ ਮੈਂ ਫਿਰ ਕੋ ਵੀ ਨਹੀਂ ਅੱਛਾ ਜੀ ਹਮਦਾ ਤੇਰੇ ਕੋਲ ਵੀ ਹੈ ਨਹੀਂ ਕੋਈ ਵੀ ਮੇਰੇ ਕੋਲ ਬੜੀਆਂ ਗੱਲਾਂ ਜਿ ਨਹੀਂ ਆਖਾਂਗਾ ਹੁੰਦੀਆਂ ਕਿਤੇ ਨਹੀਂ ਜੇ ਵੀ ਜਵਾਈਆਂ ਵੇ ਪੜੀਆਂ ਓਏ ਇੱਕ ਕੱਢ ਕੇ ਛੋਟੀ ਦੇ ਕਿਤੇ ਸੁਟਾਂ ਐਮ ਕੈਮਰੇ ਵਾਲ ਨੂੰ ਕਿਹੜੀ ਗੱਲ ਸੁਟਾਂ ਉਹ ਸਨਾਨ ਵੱਲੋਂ ਕਹਿਣਾ ਸੁੱਟਣ ਵੱਲੋਂ ਯਾ ਮੈਂ ਤਾਂ ਸੁੱਟ ਲਗਾ ਜੇ ਵੀਜੂ ਕੱਢ ਕੇ ਤੂੰ ਸਨਾਨ ਵੱਲ ਵਾਖਣ ਡਿਆ ਦੁੱਧ ਕੇ ਨਾ ਕਿਤੇ ਕੋ ਲਿਆ ਜੀ ਮੈਂ ਉਜਾਰ ਕੋ ਲਿਆ ਹੀ ਹਾਂ ਹਾਂਜੀ ਵੇਖੀ ਮੇਰਾ ਭਰਾ ਹੁਣ ਮੈਨੂੰ ਕੰਨਾ ਦੇਣ ਲਗਾ ਜੀ ਨਹੀਂ ਯਾ ਵੇਲਾ ਭਰਾ ਨਹੀਂ ਲੀਲਾ ਹੀ ਬਾਟੂ ਜੇ ਮੁੱਕ ਜਾਏਗਾ ਆਹ ਆ ਜਿਹੜਾ ਨਾ ਆ ਹਮਜ਼ਾ ਜੇ ਓਹ ਓ ਭਾਈ ਕੀ ਹੋ ਗਿਆ ਜੇ ਫਾਲੋ ਇਹਨੂੰ ਬਾਈ ਉਸਤਾਦ ਜੀ ਰੋਟੀ ਖਾ ਕੇ ਫਿਰ ਕਹਿੰਦੇ ਡਿੱਗਣ ਡਿਆ ਸ਼ੁਕਰ ਕਰ ਮੈਂ ਗੱਡੀ ਨੀ ਅੱਗੇ ਲਿਆਉਂਦੀ ਨਾ ਤੇ ਸਾਰੀ ਮੁੰਜੀ ਵੱਢ ਛੱਡਣੀ ਸੀ ਮੈਂ ਉਹ ਬਸ ਓਏ ਆ ਵੇਖੋ ਇਹ ਜਿਹੜੀ ਹਮਾਰੀ ਮੁੰਜੀ ਵਾਲੇ ਵਲੋਗ ਜੇ ਤੁਹਾਨੂੰ ਮੈਂ ਵਹਾਇਆ ਕਿਆ ਭਰਾ ਤੁਸੀਂ ਇੱਕ ਵੱਧ ਲਾਈ ਸੀ ਜਾਂ ਦੂਸਰੇ ਬੀਜ ਦੀ ਬਈ ਇਹ ਵੱਢ ਕੇ ਤੇ ਫਿਰ ਗਾਂ ਪਰੋ ਲੱਗ ਗਿਆ ਸੀ ਸਾਡੀ ਦੂਸਰੀ ਮੁੰਜੀ ਵੱਢਣ ਤੇ ਇਹ ਜਿਹੜਾ ਨਾ ਫਿਰ ਸੁਪਰ ਤੇ ਹਾਲੇ ਵੱਢਣ ਵਾਲੀ ਲਗਾ ਮੂੰਜੀ ਦਾ ਇੱਕ ਵੀ ਦਾਣਾ ਮੂੰਹ ਚ ਪਾਇਆ ਨਾ ਤੇ ਮੈਂ ਕਿਆ ਲੈਣਾ ਖਾ ਲਈ ਸਾਡਾ ਪੀਟਰ ਜੇ ਤੇ ਇਹ ਜਿਹੜਾ ਡਰਮ ਉਹ ਉੱਤੇ ਸੰਗਲ ਤੇ ਦਿੱਤਾ ਹੀ ਨੀ ਯਾਰ ਯਾਦ ਭੁੱਲ ਗਿਆ ਸੀ ਹੁਣ ਜ਼ੈਨ ਤੇ ਨਿੱਕਾ ਸਾਹਿਬ ਥੱਲੇ ਰੱਖ ਦੇ ਜਰਾ ਜ਼ੈਨ ਤੇ ਜਰਾ ਨਿੱਕਾ ਤੇ ਦਾਊਦ ਲਾਣਗੇ ਡਰਮ ਤੋਂ ਚਲੋ ਬਈ ਲਾਓ ਸਾਡਾ ਡਰਮ ਤਾਂ ਚੁੱਕੋ ਯਾਰ ਕੀ ਹੋਇਆ ਜੇ ਕਿਉਂ ਜੈਨ ਸਾਹਿਬ ਇਹਨੂੰ ਨਾ ਲਾਓ ਪਹਿਲਾਂ ਉਹ ਲੈ ਆਵੋ ਤੇਲ ਹਾਂਜੀ ਇਸਮੇ ਤੇਲ ਪਾਉਣਾ ਹੈ ਹਾਂਜੀ ਠੀਕ ਹੋ ਗਿਆ ਹਾਂ ਬਾਈ ਮਾਪੀ ਤੇਲ ਪਾਉਣਾ ਵਾ ਮਾਪੀ ਸਹੀ ਪਾਵਾਂਗਾ ਤੇਲ ਜਰਾ ਨਾ ਚੋਰੀ ਹੋ ਜਾਂਦਾ ਤੇ ਉਹਦੇ ਵਾਸਤੇ ਅਸੀਂ ਆ ਵੇਖੋ ਗੈਲਨ ਰੱਖੀ ਗੈਲਨ ਵਿੱਚ ਤੇਲ ਪਾਈਦਾ ਬਾਅਦ ਚ ਵਾਪਸ ਰੋਦਲੀ ਦੇ ਟੈਂਕੀ ਚ ਨਹੀਂ ਪਾਈਦਾ ਤੇ ਹੁਣ ਅਸੀਂ ਚਲਾਵਾਂਗੇ ਪੀਟਰ ਤੇ ਜੈਨ ਭਾਈ ਇੱਕ ਮਿੰਟ ਪੀਟਰ ਚਲਾਉਣ ਵਾਸਤੇ ਸਭ ਤੋਂ ਪਹਿਲਾਂ ਜਾਈਏ ਤੇ ਜਰਾ ਪਾਣੀ ਉਹਦੇ ਮੂੰਹ ਚ ਪੇਗਾ ਨਾ ਪੀਟਰ ਦੇ ਫੇਰ ਜਰਾ ਪਾਣੀ ਨਾਲ ਕੱਢਣਾ ਆਓ ਪਾਣੀ ਲੈ ਆਈਏ ਹਾਂ ਉੱਥੋਂ ਇਹਦੇ ਮੂੰਹ ਚ ਨਾ ਪਾਣੀ ਪਾਉਣਾ ਪੈਂਦਾ ਤੇ ਅਸੀਂ ਨਾ ਇੱਕ ਬਾਲਟੀ ਭਰ ਕੇ ਨਾ ਮੂੰਜੀ ਚ ਰੱਖੀ ਦਾ ਜੈਨ ਸਾਹਿਬ ਲੱਭ ਲਓ ਜੈਨ ਸਾਹਿਬ ਲੱਭ ਲਓ ਇੱਥੇ ਕਿਤੇ ਯਾਰ ਪਈ ਸੀ ਕੀ ਪਾਣੀ ਵੇਖ ਲਓ ਬੁੜ ਰੱਖ ਗਏ ਹਨ ਸਾਨੂੰ ਲੱਭਣ ਨਹੀਂ ਪਈ ਭਾਰੀ ਵਾਹਵਾ ਪਰਾਂ ਜੈਨ ਪਰਾਂ ਜਾ ਤੇਰੇ ਤਲੋਂ ਛੱਡਣੀ ਮੈਂ ਆਈ ਨੀ ਕਿਹਾ ਪਾਣੀ ਨਹੀਂ ਪੀਂਦੇ ਨੇ ਹਾਂ ਪਾਣੀ ਵੇਖਾ ਪੀਵੇਗਾ ਤੇ ਬਾਹਰ ਕੱਢੇਗਾ ਤੁਰ ਜਾਂਦਾ ਪੈ
ਕੌਣ ਘੇਰਾ ਲਾਏਗਾ ਹੁਣ? ਪਹਿਲੇ ਮੁੜ ਕੇ ਪਟਾ ਲਾਣੇ, ਪਟੇ ਸਣੀ ਚੱਲੇਗਾ ਜਰਾ ਚਲਾ, ਨਹੀਂ ਨਹੀਂ ਚੱਲ ਚੱਲੇਗਾ ਚਲਾ, ਹਾਂ ਲਾ ਘੇਰਾ, ਟਸ ਕੋ ਸੁੱਟੇਗਾ, ਟਸ ਮੈਂ ਸੁੱਟਾਂਗਾ, ਲਾ ਦੇ ਜ਼ੋਰ, ਲਾ ਦੇ ਜ਼ੋਰ, ਲਾ ਦੇ ਲਾ ਦੇ, ਠੀਕ ਹੈ ਤੇਰੀ ਮਾਂ ਠੀਕ, ਤੂੰ ਚੱਲ 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 ਮੈਂ ਸਰ ਘੇਰਨਾ, ਚੱਲ ਛੱਡ ਪੜਾਈਓ 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 ਪਟਾ ਲਾ ਹੀ ਲੈਣੇ ਕਿਉਂਕਿ ਓਡੇ ਓਡੇ ਜਵਾਨਾਂ ਕੋਲ ਪਿਟਰ ਨੀ ਚੱਲਣ ਡਿਆ, ਚੱਲਣਾ ਮੇਰੇ ਕੋਲ ਵੀ ਨੀ ਅੰਜ ਓਏ ਇੱਕ ਮਿੰਟ ਬਾਅਦ ਚਾਰੇ ਕੌਣ ਉਹ ਪਟਾ ਚਾਰਨ ਦੀ ਨੀ ਜਾ ਚੁੜਾ ਕਰਨੀ ਓਏ ਮੈਨੂੰ ਨਾ ਸਿਰਕੇ ਬਾਜ ਓਏ ਮੈਨੂੰ ਨਾ ਸਿਰਕੇ ਬਾਜ ਪਟਾ ਚਾਰਨ ਦੀ ਨੀ ਜਾ ਚੱਲ ਘੁਮਾ ਸਰ ਸਰਾ ਆਪਾਂ ਪਹਿਲਾਂ ਹੀ ਚਾਰ ਲੈਂਦੇ ਬਾਅਦ ਜਹਾਜ ਜੂਜ ਤੇ ਹੈ ਕੋਈ ਨੀ ਲਾਹ ਦੀ ਜਹਾਜ ਸੀ ਉਹ ਲਾ ਲਿਆ ਚੱਲ ਘੁਮਾ ਹੜ ਚੜ ਗਿਆ ਪਟਾ ਨੀ ਕਿਹਾ ਜੋ ਮੈਂ ਕਹਾਂਗਾ ਤੂੰ ਸੋਚਣ ਜਦੋਂ ਮੈਂ ਕਹਾਂਗਾ ਠੀਕ ਹੈ ਨਾ ਸੁੱਟ ਦੇ ਚੱਲ ਗਿਆ ਬੈਠਾ ਕਰੋ ਅੱਜ ਵੇਖੋ ਐਡਾ ਵੱਡਾ ਜਵਾਨ, ਐਡਾ ਵੱਡਾ ਜਵਾਨ, ਨਿੱਕੇ ਨਿੱਕੇ ਨੌਜਵਾਨ ਸਰ ਕਹਿੰਦਾ ਪੀਟਰ ਅਸੀਂ ਚਲਾ ਲਿਆ ਹੁਣ ਅੱਗੋਂ ਜਿਹੜਾ ਸੱਟਾਂ ਲਵਾਉਣ ਲੱਗੇ ਹਾਂ, ਪਹਿਲਾਂ ਇੱਕ ਦਿਨ ਮੈਂ ਦੋ ਤਰ੍ਹਾਂ ਸੱਟਾਂ ਲਵਾਈਆਂ ਚੱਲ ਗਿਆ ਸੀ, ਅੱਜ ਵਾਹਵਾ ਸੱਟਾਂ ਲਵਾਈਆਂ ਪਾਣੀ ਨਹੀਂ ਉਹਨੇ ਦਿੱਤਾ ਅਤੇ ਬਾਲਟੀ ਵਾਲਾ ਪਾਣੀ ਵੀ ਅਸੀਂ ਹੁਣ ਮੁਕਾ ਲਿਆ ਅਤੇ ਅੱਜ ਬਹੁਤ ਹੀ ਤਰੇਹ ਲੱਗ ਗਈ ਇਹਨੂੰ, ਅੱਜ ਇਹਨੂੰ ਬਹੁਤ ਹੀ ਤਰੇਹ ਲੱਗ ਗਈ ਅਤੇ ਸੂਰਜ ਵੀ ਡੁੱਬਣ ਵਾਲਾ ਅਤੇ ਜਾ ਕੇ ਬੋਰਾ ਨੂੰ ਕਹਾਂਗੇ ਵੀ ਨਹੀਂ ਚੱਲਿਆ, ਬੋਰਾ ਕਹਿੰਦਾ ਖੈਰ ਵੀ ਸਵੇਰੇ ਚਲਾ ਲਾਂਗੇ, ਬਹਾਨਾ ਬਣ ਗਿਆ ਸੂਰਜ ਡੁੱਬਣ ਵਾਲਾ ਅਤੇ ਆਓ ਫਿਰ ਹੁਣ ਫਿਰ ਸਭ ਕੁਝ ਬੰਦ ਕਰੀਏ ਚੱਲੀਏ ਗਾਂ, ਫਿਰ ਚੱਲਿਆ ਤਾਂ ਹੈ ਨਹੀਂ ਬਿਜਲੀ ਘਰਾੜੀ ਆ, ਬਿਜਲੀ ਮੈਂ ਸਟਾਰਟ ਕੀਤਾ ਤੁਹਾਡੇ ਕੋਲ ਤਾਂ ਚੱਲਿਆ ਹੀ ਨਹੀਂ, ਜੋਰ ਲਾਉਂਦੇ ਆ ਬੜੇ ਬੜੇ ਜਵਾਨ ਲਿਆ, ਉਹ ਮੈਨੂੰ ਇੰਨਾ ਦੱਸੋ ਕਿ ਤੇਲ ਕਿੰਨਾ ਪਾਇਆ ਸੀ ਗੈਲਨ 'ਚ? ਵਾਪਸ ਪਾ ਚੱਲ ਤੈਨੂੰ ਕਿੰਨਾ ਖੇ ਪਾ, ਵਾਪਸ ਪਾ ਭਾਈ ਅਸੀਂ ਅਸੀਂ ਤਾਂ ਪਾਣਾ ਹੀ ਨਹੀਂ, ਤੂੰ ਐਵੇਂ ਤੇਲ ਪਾ ਰਿਹਾ, ਤੇਲ ਕਾਹਦੇ ਲਿਆਂਦਾ ਅੱਜ? ਅਸੀਂ ਤਾਂ ਉਹਨੂੰ ਲਕੋਲ ਰੱਖਣ ਵਾਸਤੇ ਲਿਆਂਦਾ ਸੀ, ਉਹ ਤਾਂ ਪੀਟਰ ਨੂੰ ਦੱਸਣਾ ਸੀ, ਉਹਨੂੰ ਹੱਥ ਰੱਖੀ ਧਿਆਨ ਰੁੜੇ ਨਾ, ਧਿਆਨ ਨਾਲ ਰੋੜਿਓ ਆਹ ਵੇਖੋ ਜ਼ਾਰ ਅਸੀਂ ਐਵੇਂ ਲੈ ਕੇ ਆਇਆ ਪਤਾ ਨੀ, ਅੱਜ ਅਸੀਂ ਚਲਾ ਕੇ ਪਾਣੀ ਲਾ ਕੇ ਫੇਰ ਹੀ ਆਉਣਾ, ਗੱਲ ਸੁਣੋ
ਘਰ ਜਾ ਕੇ ਆ ਨੀ ਕਹਿੰਦਾ ਸਾਡੇ ਕੋਲ ਪਾਣੀ ਨੀ ਚੁਕਾਇਆ ਗਿਆ ਕਿਉਂ ਪੀਟਰ ਨੀ ਚੱਲਿਆ ਪਤਾ ਨੀ ਕੀ ਮਸਲਾ ਉਹਨੂੰ ਠੀਕ ਹੈ ਨਾ ਠੀਕ ਹੈ ਚਲੋ ਰੱਖ ਛੱਡੋ ਫਿਰ ਹੁਣ ਹਮ ਜਾ ਥੋੜੇ ਥੋੜੇ ਪਿੱਛੇ ਹੋ ਜਾ ਰਹਿੰਦੇ ਰਹਿੰਦੇ ਜੇ ਨੌਜਵਾਨ ਰੱਖਣ ਦੇ ਆਵੇਂਗੇ ਤੈਨੂੰ ਮਾਰਨਾ ਫਿਰ ਉਹ ਭਾਜੀ ਭਾਜੀ ਮੁੰਡੇ ਤਾਲਾ ਮਾਰਨੇ ਹਮਜ਼ਾ ਪਿੰਡੋ ਕਾਲ ਆਈ ਬੋਹਰਾਂ ਦੀ ਬਈ ਜੈਨ ਨੂੰ ਕੁੱਟ ਪੈਣ ਵਾਲੀ ਜੈਨ ਦੇ ਅਬੂ ਜਿਹੜੇ ਨਾ ਉਹ ਪੁੱਛਣ ਡੇ ਵੀ ਜੈਨ ਕਿੱਥੇ ਵਾ ਤਾਂ ਜੈਨ ਸਾਹਿਬ ਕੁੱਟ ਪਏ ਕਿ ਡਰ ਤੇ ਨੀ ਲੱਗਣ ਡਿਆ ਹਾਏ ਤੈਨੂੰ ਨੀ ਕਹਿੰਦੀ ਪਈ ਕੁੱਟ ਮੈਨੂੰ ਪਈ ਏ ਇੱਕ ਦਿਨ ਤੁਹਾਨੂੰ ਗੱਲ ਦੱਸਾਂ ਬੜੀ ਮਜ਼ੇਦਾਰ ਗੱਲ ਜੇ ਇੱਕ ਦਿਨ ਨਾ ਅਸੀਂ ਵੀਡੀਓ ਬਣਾ ਕੇ ਨਾ ਤੇ ਜਿਹੜਾ ਵਲੌਗ ਬਣਾ ਕੇ ਘਰ ਨੂੰ ਗਏ ਉਸ ਦਿਨ ਮੈਨੂੰ ਵੀ ਕੁੱਟ ਪਈ ਜੈਨ ਨੂੰ ਵੀ ਕੁੱਟ ਪਈ ਅਤੇ ਨਿੱਕਾ ਨੂੰ ਵੀ ਕੁੱਟ ਪਈ ਤਿੰਨਾਂ ਜਣੇ ਬਣਾਉਣ ਡੇ ਹਾਂ ਸਾਨੂੰ ਤਿੰਨਾਂ ਨੂੰ ਉਸ ਦਿਨ ਘਰੋਂ ਕੁੱਟ ਪਈ ਅਤੇ ਅੱਜ ਤਾਂ ਸਾਡਾ ਵਲੌਗ ਹੀ ਪੀਟਰ ਚਲਾਉਣ ਦਾ ਜਿਹੜਾ ਅਸੀਂ ਨਹੀਂ ਚਲਾਇਆ ਅਤੇ ਉਮੀਦ ਕਰਨਾ ਤੁਹਾਨੂੰ ਜਿਹੜਾ ਮੇਰਾ ਵਲੌਗ ਚੰਗਾ ਲੱਗਾ ਹੋਏਗਾ ਹੋਏ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਆਪਣੇ ਦੋਸਤਾਂ ਨਾਲ ਨਾਲੇ ਮੇਰਾ ਜੇਬੀ ਨੂੰ ਜਿਹੜਾ ਚੈਨਲ ਸਬਸਕ੍ਰਾਈਬ ਕਰ ਲਓ ਫਿਰ ਮਿਲਾਂਗੇ ਅਗਲੀ ਵੀਡੀਓ 'ਚ ਅੱਲਾ ਹਾਫਿਜ਼।